ਸਤਿ ਸ੍ਰੀ ਅਕਾਲ ਜੀ। ਪੰਜਾਬੀ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਰਪ੍ਰੀਤ ਸਿੰਘ ਗਿੱਲ। ਇੱਕ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਖਾਸ ਸੁਰਖੀਆਂ ਤੇ। ਲੋਕ ਸਭਾ ਵਿੱਚ ਬਜਟ ਉੱਤੇ ਬਹਿਸ ਦੌਰਾਨ ਸੰਸਦ ਵਿੱਚ ਗਰਜੇ। ਪੰਜਾਬ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਕਿਹਾ, ਬਜਟ ਵਿੱਚ ਪੰਜਾਬ ਨੂੰ ਕੁਝ ਨਹੀਂ ਦਿੱਤਾ ਗਿਆ। 27 ਜੁਲਾਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਿੱਚ ਹੋਣ ਵਾਲੀ ਨੀਤੀ ਆਯੋਗ ਦੀ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਣਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ। ਜਲੰਧਰ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਐਲਾਨ। ਅਜੇ ਜੇਲ੍ਹ ਵਿੱਚ ਹੀ ਰਹਿਣਗੇ ਅਰਵਿੰਦ ਕੇਜਰੀਵਾਲ। ਅਦਾਲਤ ਨੇ 8 ਅਗਸਤ ਤੱਕ ਵਧਾਈ ਕੇਜਰੀਵਾਲ ਦੀ ਨਿਆਇਕ ਹਿਰਾਸਤ। ਮਨੀਸ਼ ਸਿਸੋਦੀਆ ਕੇ ਕਵਿਤਾ ਦੀ ਨਿਆਇਕ ਹਿਰਾਸਤ ਵੀ 31 ਜੁਲਾਈ ਤੱਕ ਵਧਾਈ ਗਈ। ਤੇ ਹੁਣ ਖਬਰਾਂ ਵਿਸਥਾਰ ਨਾਲ। ਲੋਕ ਸਭਾ ਵਿੱਚ ਪ੍ਰਸ਼ਨ ਕਾਲ ਖਤਮ ਹੋਣ ਤੋਂ ਬਾਅਦ ਅੱਜ ਬਜਟ ਉੱਤੇ ਚਰਚਾ ਹੋਈ, ਜਿਸ ਵਿੱਚ ਵਿਰੋਧੀ ਧਿਰਾਂ ਨੇ ਸਰਕਾਰ ਨੂੰ ਘੇਰਿਆ ਅਤੇ ਪੱਖਪਾਤੀ ਬਜਟ ਪੇਸ਼ ਕਰਨ ਦੇ ਇਲਜ਼ਾਮ ਲਗਾਏ। ਇਸ ਚਰਚਾ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਸਭ ਤੋਂ ਪਹਿਲਾਂ ਬੋਲਦਿਆਂ ਕਿਹਾ ਕਿ ਇਹ ਸਿਰਫ ਸਰਕਾਰ ਨੂੰ ਬਚਾਉਣ ਵਾਲਾ ਬਜਟ ਹੈ, ਦੇਸ਼ ਨੂੰ ਬਚਾਉਣ ਵਾਲਾ ਨਹੀਂ। ਉਹਨਾਂ ਕਿਹਾ ਕਿ ਬਜਟ ਵਿੱਚ ਪੰਜਾਬ ਨੂੰ ਕੁਝ ਵੀ ਨਹੀਂ ਦਿੱਤਾ ਗਿਆ। ਇਸ ਦੌਰਾਨ ਉਹਨਾਂ ਵਿੱਤ ਮੰਤਰੀ ਦੀ ਸੰਸਦ ਵਿੱਚ ਗੈਰ ਹਾਜ਼ਰੀ ਉੱਤੇ ਵੀ ਸਵਾਲ ਚੁੱਕੇ। 22 ਤਾਰੀਖ ਕੋ ਬਜਟ ਪੇਸ਼ ਹੁਆ, ਮੁਝੇ ਬੜੀ ਖੁਸ਼ੀ ਥੀ ਕਿ ਬਜਟ ਮੇਂ ਜਾ ਰਹੇ ਹੈਂ, ਪਹਿਲੀ ਵਾਰ ਆਇਆ ਹੂੰ ਸਦਨ ਮੇਂ। ਜਲੰਧਰ ਕੇ ਲੋਗੋਂ ਕਾ ਧੰਨਵਾਦ ਹੈ ਜਿਨ੍ਹੋਂਨੇ ਮੁਝੇ ਯਹਾਂ ਖੜਾ ਕੀਆ ਲਿਆ ਕਰ। ਉਨ ਵੋਟਰੋਂ ਕਾ ਧੰਨਵਾਦ ਹੈ। ਮੈਂ ਨਏ ਕੱਪੜੇ ਡਾਲ ਕਰ ਆਇਆ ਕਿ ਬਹੁਤ ਕੁਛ ਮਿਲੇਗਾ ਆਜ ਦੇਸ਼ ਮੇਂ, ਦੇਖਨੇ ਕੋ ਬਤਾਨੇ ਕੋ ਪੰਜਾਬ ਮੇਂ ਜਾ ਕਰ। ਮੈਂ ਔਰ ਸਾਰੇ MP ਹਮਾਰੇ ਪ੍ਰੈਸ ਕਾਨਫਰੰਸ ਕਰੇਂਗੇ ਕਿ ਦੇਖੋ ਕਿਆ ਕਿਆ ਮਿਲਾ, ਨਏ ਕੱਪੜੇ ਮੇਲੇ ਜੈਸੇ ਆਇਆ ਮੈਂ। ਲੇਕਿਨ ਯਹਾਂ ਆਕਰ ਖੋਦਾ ਪਹਾੜ ਲਿਕੜਾ ਚੂਹਾ ਵੀ ਨਹੀਂ, ਕੁਛ ਨਹੀਂ ਮਿਲਾ ਹਮੇ। ਪੂਰਾ ਮਤਰਈ ਮਾਂ ਵਾਲਾ ਸਲੂਕ ਕੀਆ ਗਿਆ ਹਮਾਰੇ ਸਾਥ, ਫੇਅਰ ਡਿਸਟ੍ਰੀਬਿਊਸ਼ਨ ਆਫ ਫੰਡਸ ਨਹੀਂ ਹੁਆ। ਇਹ ਸਰਕਾਰ ਹਰ ਨਾਗਰਿਕ ਕੋ ਬਰਾਬਰ ਨਹੀਂ ਦੇਖ ਰਹੀ ਹੈ। ਚਸ਼ਮਾ ਰਾਜਨੀਤੀ ਵਾਲਾ ਲਗਾਇਆ ਹੁਆ ਹੈ, ਰਾਜਨੀਤਿਕ ਚਸ਼ਮੇ ਸੇ ਦੇਖਾ ਗਿਆ ਹੈ। ਆਪਣੀ ਸਰਕਾਰ ਬਚਾਨੇ ਕਾ ਫਿਕਰ ਹੈ, ਕੁਰਸੀ ਕੋ ਪਕੜੇ ਹੋਏ ਹੈ। ਔਰ ਇਹ ਬਜਟ ਦੇਸ਼ ਬਚਾਨੇ ਵਾਲਾ ਨਹੀਂ ਹੈ, ਸਿਰਫ ਆਪਣੀ ਸਰਕਾਰ ਬਚਾਨੇ ਵਾਲਾ। ਇਸ ਬਜਟ ਮੇਂ ਪੰਜਾਬ ਕੇ ਲੀਏ ਕੁਛ ਨਹੀਂ ਦਿਆ ਗਿਆ। ਜਲੰਧਰ ਇੰਡਸਟਰੀ ਪੰਜਾਬ ਕੀ ਡੂਬ ਰਹੀ ਹੈ। ਜਲੰਧਰ ਮੇਂ ਲੈਦਰ ਇੰਡਸਟਰੀ ਹੈ, ਜਲੰਧਰ ਮੇਂ ਸਪੋਰਟਸ ਇੰਡਸਟਰੀ ਹੈ, ਉਹ ਡੂਬ ਰਹੀ ਹੈ, ਕੁਛ ਉਸਕੇ ਲੀਏ ਨਹੀਂ ਕੀਆ। ਹੈਲਥ ਕੇ ਲੀਏ ਕੋਈ ਹੋਸਪਿਟਲ ਨਹੀਂ ਦਿਆ। ਸਮਾਰਟ ਸਿਟੀ ਜਲੰਧਰ ਡਿਕਲੇਅਰ ਕੀਆ ਹੁਆ ਹੈ, ਵਹਾਂ ਪਾਣੀ ਗੰਦਾ ਆ ਰਹਾ ਹੈ, ਸੜਕੇ ਖਰਾਬ ਹੈ, ਰੇਲਵੇਜ਼ ਅੰਡਰ ਬ੍ਰਿਜ ਕੀ ਬਾਤ ਨਹੀਂ ਕੀ। ਨਸ਼ਾ ਅਭੀ ਰਾਜਾ ਬਿੰਗ ਜੀ ਨੇ ਭੇਜਾ ਬੋਲਾ, ਨਸ਼ਾ ਇਤਨਾ ਫੈਲ ਗਿਆ ਪੰਜਾਬ ਮੇਂ, ਲੇਕਿਨ ਸੁਣਵਾਈ ਕੋਈ ਨਹੀਂ। ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਲੋਕ ਸਭਾ ਵਿੱਚ ਕਿਸਾਨਾਂ ਦਾ ਮੁੱਦਾ ਚੁੱਕਿਆ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਆਪਣੇ ਹੱਕ ਮੰਗਣ ਲਈ ਦਿੱਲੀ ਨਹੀਂ ਆਉਣ ਦਿੱਤਾ ਜਾ ਰਿਹਾ, ਇਹ ਵੀ ਇੱਕ ਤਰ੍ਹਾਂ ਦੀ ਐਮਰਜੈਂਸੀ ਹੈ। ਇਸ ਮੌਕੇ ਉਹਨਾਂ ਸਿੱਧੂ ਮੂਸੇਵਾਲੇ ਲਈ ਇਨਸਾਫ ਦੀ ਮੰਗ ਕੀਤੀ। ਉਹਨਾਂ ਅੱਗੇ ਕਿਹਾ ਕਿ ਮਰਹੂਮ ਸਿੱਧੂ ਮੂਸੇਵਾਲ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਅਤੇ ਮੂਸੇਵਾਲ ਦੇ ਪਰਿਵਾਰ ਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ। ਐਮਰਜੈਂਸੀ ਇਹ ਵੀ ਹੈ ਕਿ ਇੱਕ ਮਸ਼ਹੂਰ ਨੌਜਵਾਨ ਜੋ ਇੱਕ ਮਸ਼ਹੂਰ ਸਿੰਗਰ ਥਾ, ਉਸਕੋ ਗੋਲੀਆਂ ਮਾਰ ਕੇ ਮਾਰ ਦਿਆ ਗਿਆ। ਆਜ ਤੱਕ ਸਿੱਧੂ ਮੂਸੇਵਾਲਾ ਉਸਕੇ ਪਰਿਵਾਰ ਕੋ ਇਨਸਾਫ ਨਹੀਂ ਮਿਲਾ, ਉਹ ਦਰ ਦਰ ਭਟਕ ਰਹੇ ਹੈ। ਇਹ ਵੀ ਐਮਰਜੈਂਸੀ ਹੈ। ਐਮਰਜੈਂਸੀ ਇਹ ਵੀ ਹੈ ਕਿ 20 ਲੱਖ ਲੋਕਾਂ ਦੁਆਰਾ
20 लाख लोगों द्वारा पंजाब में मेंबर पार्लियामेंट चुना गया और वो NSA लगाकर अंदर रखा हुआ है। फ्रीडम ऑफ स्पीच उसकी कंस्टिट्यूएंसी के लोगों की बात यहाँ नहीं रख पा रहे। ये भी इमरजेंसी है। इमरजेंसी ये भी है कि हजारों किसान, उनको खालिस्तानी कहा जाता है जब वो अपनी मांग रखते हैं। अरे पंजाब कोई देश की धरती नहीं है, पंजाब हमारे देश की धरती है। हरियाणा में नेशनल हाईवे को पक्का जाम कर दिया है और किसान यहां तक नहीं आ पा रहे, उनको मिला नहीं जा रहा, ये भी इमरजेंसी है। लोकसभा विच चर्चा दौरान कांग्रेस के संसद मैंबर चरणजीत सिंह चन्नी अते भाजपा के केंद्रीय राज मंत्री रवनीत सिंह बिट्टू विचाले तिखी बहस हो गई। इस दौरान रवनीत सिंह बिट्टू उत्ते शब्दी हमला बोलदिया चरणजीत सिंह चन्नी ने कहा कि तुहाडे दादा शहीद होए सन पर उस दिन मरे जिस दिन तुसी कांग्रेस पार्टी छड़ दित्ती सी। इसका जवाब दिंदिया होया रवनीत सिंह बिट्टू ने कहा कि उन्होंने दादे ने देश लई कुर्बानी दित्ती सी, ना कि कांग्रेस पार्टी लई। उन्होंने अगे कहा कि चरणजीत सिंह चन्नी पहला अपनी जायदाद का ब्यौरा देन, वो पंजाब के सब तो अमीर संसद मैंबर ने। बिट्टू जी आपके पिताजी शहीद हुए थे, माननीय सदस्य, लेकिन मैं आपको कह दूं उस दिन नहीं मरे थे, वो उस दिन मरे जिस दिन आपने कांग्रेस को छोड़ा। आज देश माननीय राहुल गांधी जी की तरफ देख रहा है। मैं आग्रह कर रही हूं माननीय चेयरमैन जी, आप वो मुझे तंग कर रहे हैं जी, उनको बोलो बैठे, उनको बुलाइए, वो पंजाब से आए थे, इसका मतलब भी है नहीं कि मुझे तंग करते रहे। माननीय सदस्य सुनील तत्तड़े जी, चेयरमैन जी, मैं आपसे निवेदन करना चाहता हूं कि आपने मेरा नाम लिया, मेरे दादाजी सरदार बेंत सिंह जी, उन्होंने कुर्बानी देश के लिए दी, कांग्रेस के लिए नहीं दी, देश के लिए दी। और ये इस चन्नी की बैठो, ये अपनी जायदाद पूछे इनको, ये आप गरीबी की बात कर रहे हैं। अगर सारे पंजाब से सबसे अमीर आदमी ये ना हो और सबसे करप्ट ना हो, मैं अपना नाम बदल दूंगा। हजारों करोड़ का मालिक ये चरणजीत चन्नी है, और ये गोरा किसको कह रहे हैं? माननीय सदस्य सोनिया गांधी जी वो कहाँ के हैं ये पहले बताएं भाई, सोनिया गांधी जी कहाँ के हैं? ये सबसे मीटू में, ये सारे केसों में ये सबसे करप्ट है। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਫੈਸਲਾ ਲਿਆ। ਮੁੱਖ ਮੰਤਰੀ ਭਗਵੰਤ ਮਾਨ 27 ਜੁਲਾਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਿੱਚ ਹੋਣ ਵਾਲੀ ਨੀਤੀ ਆਯੋਗ ਦੀ ਬੈਠਕ ਵਿੱਚ ਸ਼ਾਮਲ ਨਹੀਂ ਹੋਣਗੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਵਿੱਚ ਪ੍ਰੈਸ ਕਾਨਫਰੰਸ ਕਰਦਿਆਂ ਇਸ ਦਾ ਐਲਾਨ ਕੀਤਾ। ਉਹਨਾਂ ਕਿਹਾ ਕਿ ਪੰਜਾਬ ਨੂੰ ਕੁਝ ਦੇਣਾ ਤਾਂ ਦੂਰ ਦੀ ਗੱਲ, ਸਮੁੱਚੇ ਬਜਟ ਵਿੱਚ ਪੰਜਾਬ ਦਾ ਨਾਂ ਵੀ ਨਹੀਂ ਲਿਆ ਗਿਆ। ਦੱਸ ਦਈਏ ਕਿ ਪੰਜਾਬ ਸਮੇਤ 5 ਸੂਬਿਆਂ ਵੱਲੋਂ ਨੀਤੀ ਆਯੋਗ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕੀਤਾ ਗਿਆ। ਕਾਂਗਰਸ ਦੇ ਸ਼ਾਸਨ ਵਾਲੇ 3 ਰਾਜ ਕਰਨਾਟਕ, ਤੇਲੰਗਾਨਾ ਅਤੇ ਹਿਮਾਚਲ ਪ੍ਰਦੇਸ਼ ਪਹਿਲਾਂ ਹੀ ਨੀਤੀ ਆਯੋਗ ਦੀ ਬੈਠਕ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰ ਚੁੱਕੇ ਨੇ। ਇਸ ਤੋਂ ਇਲਾਵਾ DMK ਸ਼ਾਸਿਤ ਤਾਮਿਲਨਾਡੂ ਵੀ ਇਸ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਵੇਗਾ। 27 ਤਰੀਕ ਨੂੰ ਨੀਤੀ ਆਯੋਗ ਦੀ ਜਿਹੜੀ ਬੈਠਕ ਹੈ, ਜਿੱਥੇ ਪ੍ਰਧਾਨ ਮੰਤਰੀ ਨੇ ਸਾਰੇ ਦੇਸ਼ ਦੇ ਮੁੱਖ ਮੰਤਰੀ ਬੁਲਾਏ ਨੇ, ਉਹਦੇ ਵਿੱਚ ਅਸੀਂ ਬਾਈਕਾਟ ਕਰ ਰਹੇ ਹਾਂ, ਕਿਉਂਕਿ ਇਹਨਾਂ ਦੀ ਨੀਅਤ ਦਾ ਸਾਨੂੰ ਪਤਾ ਲੱਗ ਗਿਆ ਨਾ। ਜੇ ਚੰਗੀ ਨੀਅਤ ਹੁੰਦੀ ਤਾਂ ਪੰਜਾਬ ਦੀ ਝਾਕੀ 26 ਜਨਵਰੀ 'ਚ ਕੱਢ ਦਿੰਦੇ, 26 ਜਨਵਰੀ 'ਚ ਸਾਡੀ ਝਾਕੀ ਕੱਢ ਦਿੰਦੇ, ਮਤਲਬ ਰਿਜੈਕਟ ਕਰ ਦਿੰਦੇ। RDF ਦਾ ਸਾਡਾ ਪੈਸਾ ਰੋਕੀ ਬੈਠੇ ਹੈ,
ਲਗਭਗ 6,000 ਕਰੋੜ। ਨੈਸ਼ਨਲ ਹੈਲਥ ਮਿਸ਼ਨ ਦਾ ਸਾਡਾ ਪੈਸਾ ਰੋਕੀ ਬੈਠੇ ਹੈ, GST ਸਾਨੂੰ ਹਿੱਸਾ ਨਹੀਂ ਦਿੰਦੇ। ਜਦੋਂ ਕਿਤੇ ਕੋਈ ਕੱਟ ਲਾਉਣ ਦੀ, ਜਦੋਂ ਕਿਤੇ ਇਹਨਾਂ ਨੂੰ ਕੱਟ ਲਾਉਣ ਦੀ ਲੋੜ ਪਵੇ ਤਾਂ ਪੰਜਾਬ ਦਾ ਪੈਸਾ ਕੱਟ ਲੈਂਦੇ ਇੱਕ ਮਿੰਟ 'ਚ। ਫਿਰ ਉੱਥੇ ਕੀ ਜਾ ਕੇ ਕਰਾਂਗੇ ਜੀ, ਉੱਥੇ ਕਾਹਦੇ ਵਾਸਤੇ? ਉੱਥੇ ਸਾਨੂੰ ਬੁਲਾ ਕੇ ਅਤੇ ਉੱਥੇ ਖੱਜਲ ਖੁਆਰ ਕਰਨਗੇ। ਬਜਟ ਦੇ ਵਿੱਚ ਦੇਖ ਲਓ ਤੁਸੀਂ, ਬਜਟ ਦੇ ਵਿੱਚ ਪੰਜਾਬ 3 ਅੱਖਰਾਂ ਦਾ, ਸੂਬੇ ਦਾ ਨਾਮ 3 ਅੱਖਰਾਂ ਦਾ, ਬਜਟ 'ਚ ਪੰਜਾਬ ਨਾਂ ਦਾ ਲਫਜ਼ ਨਹੀਂ ਬੋਲਿਆ ਗਿਆ, ਪੰਜਾਬ ਇਕੱਲਾ। ਸਿਰਫ 2 ਸਟੇਟਾਂ ਨੂੰ ਤੁਸੀਂ ਐਲਾਨ ਕਰਤਾ ਵੀ 1,000 ਕਰੋੜ ਦੇਵਾਂਗੇ, ਉਹ ਵੀ ਉਹ ਸਟੇਟਾਂ ਨੇ ਜਿੱਥੋਂ ਤੁਹਾਡੀ ਕੁਰਸੀ ਬਚਦੀ ਹੈ। ਮਤਲਬ ਮੋਦੀ ਜੀ ਨੇ ਆਪਣਾ ਫਿਊਚਰ ਬਚਾਉਣ ਵਾਸਤੇ ਦੇਸ਼ ਦੇ ਕਰੋੜਾਂ ਨੌਜਵਾਨ ਮੁੰਡੇ ਕੁੜੀਆਂ ਦਾ ਫਿਊਚਰ ਦਾਅ ਤੇ ਲਾਤਾ। ਦਿੱਲੀ ਆਬਕਾਰੀ ਨੀਤੀ ਨਾਲ ਜੁੜੇ ਮਨੀ ਲਾਂਡਰਿੰਗ ਅਤੇ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮੁੜ ਤੋਂ ਝਟਕਾ ਲੱਗਿਆ। ਦਿੱਲੀ ਦੀ ਇੱਕ ਅਦਾਲਤ ਨੇ ਮੁੱਖ ਮੰਤਰੀ ਕੇਜਰੀਵਾਲ ਦੀ ਨਿਆਇਕ ਹਿਰਾਸਤ ਦਾ ਸਮਾਂ 8 ਅਗਸਤ ਤੱਕ ਵਧਾ ਦਿੱਤਾ ਹੈ। ਉਹਨਾਂ ਨੂੰ ਤਿਹਾੜ ਜੇਲ੍ਹ ਤੋਂ ਵੀਡੀਓ ਕਾਨਫਰੰਸਿੰਗ ਜ਼ਰੀਏ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਦਿੱਲੀ ਦੇ ਆਬਕਾਰੀ ਘਪਲੇ ਨਾਲ ਜੁੜੇ CBI ਕੇਸ ਵਿੱਚ ਕੇਜਰੀਵਾਲ ਦੀ ਨਿਆਇਕ ਹਿਰਾਸਤ ਵਧਾਈ ਗਈ ਹੈ। ਉੱਧਰ ਰਾਊਜ਼ ਐਵਨਿਊ ਕੋਰਟ ਨੇ ਮਨੀ ਲਾਂਡਰਿੰਗ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੇ ਨੇਤਾ ਅਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਭਾਰਤ ਰਾਸ਼ਟਰ ਸਮਿਤੀ ਦੇ ਨੇਤਾ ਕੇ ਕਵਿਤਾ ਅਤੇ ਹੋਰ ਦੋਸ਼ੀਆਂ ਦੀ ਨਿਆਇਕ ਹਿਰਾਸਤ 31 ਜੁਲਾਈ ਤੱਕ ਵਧਾ ਦਿੱਤੀ। ਦੋਸ਼ੀਆਂ ਨੂੰ ਵੀਡੀਓ ਕਾਨਫਰੰਸਿੰਗ ਜ਼ਰੀਏ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਰਾਸ਼ਟਰਪਤੀ ਭਵਨ ਨੇ ਦਰਬਾਰ ਹਾਲ ਅਤੇ ਅਸ਼ੋਕ ਹਾਲ ਦੇ ਨਾਂ ਬਦਲ ਦਿੱਤੇ ਨੇ। ਅਸ਼ੋਕ ਹਾਲ ਦਾ ਨਾਂ ਬਦਲ ਕੇ ਅਸ਼ੋਕਾ ਮੰਡਪ ਰੱਖਿਆ ਗਿਆ। ਹੁਣ ਰਾਸ਼ਟਰਪਤੀ ਭਵਨ ਦਾ ਦਰਬਾਰ ਹਾਲ ਗਣਤੰਤਰ ਮੰਡਪ ਵਜੋਂ ਜਾਣਿਆ ਜਾਵੇਗਾ। ਅੱਜ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੇ 2 ਸਾਲ ਪੂਰੇ ਹੋ ਗਏ ਨੇ। ਇਸ ਮੌਕੇ ਰਾਸ਼ਟਰਪਤੀ ਭਵਨ ਦੇ ਹਾਲਾਂ ਦੇ ਨਾਂ ਬਦਲ ਦਿੱਤੇ ਗਏ ਨੇ। ਨਤੀਜੇ ਵਜੋਂ ਰਾਸ਼ਟਰਪਤੀ ਭਵਨ ਦੇ ਦਰਬਾਰ ਹਾਲ ਅਤੇ ਅਸ਼ੋਕਾ ਹਾਲ ਦੇ ਨਾਂ ਕ੍ਰਮਵਾਰ ਬਦਲ ਕੇ ਗਣਤੰਤਰ ਮੰਡਪ ਅਤੇ ਅਸ਼ੋਕ ਮੰਡਪ ਰੱਖੇ ਗਏ ਨੇ। ਤੁਹਾਨੂੰ ਦੱਸ ਦਈਏ ਕਿ ਦਰਬਾਰ ਹਾਲ ਵਿੱਚ ਰਾਸ਼ਟਰੀ ਪੁਰਸਕਾਰਾਂ ਦੀ ਪੇਸ਼ਕਾਰੀ ਵਰਗੇ ਮਹੱਤਵਪੂਰਨ ਸਮਾਰੋਹ ਅਤੇ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਨੇ। ਦਰਬਾਰ ਸ਼ਬਦ ਭਾਰਤੀ ਹਾਕਮਾਂ ਅਤੇ ਅੰਗਰੇਜ਼ਾਂ ਦੀਆਂ ਅਦਾਲਤਾਂ ਅਤੇ ਸਭਾਵਾਂ ਨਾਲ ਜੁੜਿਆ ਹੋਇਆ ਹੈ ਜਿੱਥੇ ਉਹ ਆਪਣੇ ਸਮਾਗਮ ਕਰਦੇ ਸਨ। ਪ੍ਰੈਸ ਰਿਲੀਜ਼ ਵਿੱਚ ਕਿਹਾ ਗਿਆ ਕਿ ਭਾਰਤ ਦੇ ਗਣਤੰਤਰ ਬਣਨ ਤੋਂ ਬਾਅਦ ਇਸ ਦੀ ਸਾਰਥਕਤਾ ਖਤਮ ਹੋ ਗਈ ਹੈ। ਗਣਤੰਤਰ ਦੀ ਧਾਰਨਾ ਪ੍ਰਾਚੀਨ ਕਾਲ ਤੋਂ ਭਾਰਤੀ ਸਮਾਜ ਵਿੱਚ ਡੂੰਘੀਆਂ ਜੜ੍ਹਾਂ ਨਾਲ ਜੁੜੀ ਹੋਈ ਹੈ। ਇਸ ਲਈ ਦਰਬਾਰ ਹਾਲ ਦਾ ਨਾਂ ਗਣਤੰਤਰ ਮੰਡਪ ਕਾਫੀ ਢੁਕਵਾਂ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ ਮੁਤਾਬਕ ਸੂਬੇ ਦੇ ਕਿਸਾਨਾਂ ਤੱਕ ਆਧੁਨਿਕ ਖੇਤੀ ਮਸ਼ੀਨਰੀ ਦੀ ਪਹੁੰਚ ਨੂੰ ਵਧਾਉਣ ਦੇ ਉਦੇਸ਼ ਨਾਲ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਸਬ ਮਿਸ਼ਨ ਔਨ ਐਗਰੀਕਲਚਰਲ ਮੈਕਨਾਈਜੇਸ਼ਨ ਯੋਜਨਾ ਤਹਿਤ ਖੇਤੀ ਮਸ਼ੀਨਰੀ ਉੱਤੇ ਸਬਸਿਡੀ ਦਾ ਲਾਭ ਲੈਣ ਲਈ ਕਿਸਾਨਾਂ ਤੋਂ ਬਿਨੈ ਪੱਤਰ ਮੰਗੇ ਗਏ ਨੇ। 21 ਕਰੋੜ ਰੁਪਏ ਦੀ ਸਬਸਿਡੀ DBT ਰਾਹੀਂ ਸਿੱਧੀ ਲਾਭਪਾਤਰੀ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਭੇਜੀ ਜਾਵੇਗੀ। ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆ ਨੇ ਦੱਸਿਆ ਕਿ ਇਸ ਸਕੀਮ ਦਾ ਲਾਭ ਲੈਣ ਲਈ ਚਾਹਵਾਨ ਕਿਸਾਨ ਵਿਭਾਗ ਦੇ ਪੋਰਟਲ ਉੱਤੇ 13 ਅਗਸਤ 2024 ਤੱਕ ਅਪਲਾਈ ਕਰ ਸਕਦੇ ਨੇ। ਉਹਨਾਂ ਇਹ ਵੀ ਦੱਸਿਆ ਕਿ ਨਿਊਮੈਟਿਕ ਪਲਾਂਟਰ, ਪੋਟੈਟੋ ਪਲਾਂਟਰ, ਆਟੋਮੈਟਿਕ ਸੈਮੀ ਆਟੋਮੈਟਿਕ ਪੋਟੈਟੋ ਡਿਗਰ, ਪੈਡੀ ਟਰਾਂਸਪਲਾਂਟਰ, DSR ਸੀਡ ਡਰਿੱਲ, ਟਰੈਕਟਰ ਓਪਰੇਟਡ
ਬੂਮ ਸਪਰੇਅਰ, ਪੀਟੀਓ ਆਪਰੇਟਡ ਬੰਡ ਫਾਰਮਰ, ਆਇਲ ਮਿੱਲ, ਮਿੰਨੀ ਪ੍ਰੋਸੈਸਿੰਗ ਪਲਾਂਟ, ਨਰਸਰੀ ਸੀਡਰ ਅਤੇ ਫੋਰੇਜ ਹਾਰਵੈਸਟਰ ਆਦਿ ਮਸ਼ੀਨਾਂ ਦੀ ਖਰੀਦ ਉੱਤੇ ਸਬਸਿਡੀ ਦਿੱਤੀ ਜਾ ਰਹੀ ਹੈ। ਪੰਜਾਬ ਦੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਿਲੌਰ ਦੇ ਵਿੱਚ ਵਿਸ਼ਵ ਪ੍ਰਸਿੱਧ ਆਰਤੀ ਓਮ ਜੈ ਜਗਦੀਸ਼ ਹਰੇ ਦੇ ਰਚੇਤਾ ਮਹਾਨ ਲੇਖਕ, ਸਮਾਜ ਸੁਧਾਰਕ, ਕ੍ਰਾਂਤੀਕਾਰੀ ਸ਼ਖਸੀਅਤ ਪੰਡਿਤ ਸ਼ਰਧਾ ਰਾਮ ਫਿਲੌਰੀ ਦੇ ਬੁੱਤ ਦਾ ਉਦਘਾਟਨ ਕੀਤਾ। ਇਸ ਮੌਕੇ ਦੇ ਨਾਲ ਹਲਕਾ ਇੰਚਾਰਜ ਫਿਲੌਰ, ਵਾਈਸ ਚੇਅਰਮੈਨ ਪੰਜਾਬ ਸਿੱਖਿਆ ਬੋਰਡ ਪ੍ਰਿੰਸੀਪਲ ਪ੍ਰੇਮ ਕੁਮਾਰ ਮੌਜੂਦ ਰਹੇ। ਇਸ ਮੌਕੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਕਿਹਾ ਕਿ ਪੰਡਿਤ ਸ਼ਰਧਾ ਰਾਮ ਫਿਲੌਰੀ ਇੱਕ ਮਹਾਨ ਸ਼ਖਸੀਅਤ ਸਨ ਜਿਨ੍ਹਾਂ ਉੱਤੇ ਉਹਨਾਂ ਨੂੰ ਮਾਣ ਹੈ। ਉਹਨਾਂ ਕਿਹਾ ਕਿ ਵਿਸ਼ਵ ਪ੍ਰਸਿੱਧ ਆਰਤੀ ਦੇ ਰਚੇਤਾ ਦਾ ਜਨਮ ਫਿਲੌਰ ਵਿੱਚ ਹੋਇਆ ਸੀ। ਇਸ ਮੌਕੇ ਪੰਜਾਬ ਸਰਕਾਰ ਵੱਲੋਂ ਕੀਤੇ ਵਿਕਾਸ ਕਾਰਜਾਂ ਸੰਬੰਧੀ ਵਿਸਤਾਰਪੂਰਵਕ ਜਾਣਕਾਰੀ ਸਾਂਝੀ ਕਰਦਿਆਂ ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਆਮ ਆਦਮੀ ਪਾਰਟੀ ਵੱਧ ਤੋਂ ਵੱਧ ਵਿਕਾਸ ਕਰੇਗੀ। ਇਸ ਮੌਕੇ ਉਹਨਾਂ ਪੰਜਾਬ ਸਰਕਾਰ ਦੀਆਂ ਉਪਲਬਧੀਆਂ ਦਰਸਾਉਂਦੀ ਰੰਗਲਾ ਪੰਜਾਬ ਕਿਤਾਬ ਰਿਲੀਜ਼ ਕੀਤੀ। ਇਸ ਮੌਕੇ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਪੌਦਾ ਲਗਾ ਕੇ ਹਰਿਆਵਲ ਲਹਿਰ ਦੀ ਸ਼ੁਰੂਆਤ ਵੀ ਕੀਤੀ ਗਈ। ਮੈਂ ਤੁਹਾਨੂੰ ਨਮਨ ਕਰਨਾ ਆ ਉਹਨਾਂ ਦੀ ਪ੍ਰਤਿਭਾ ਦੇ ਚਰਨਾਂ ਦੇ ਵਿੱਚ। ਮੈਨੂੰ ਮੈਂ ਤਾਂ ਕਹਿ ਸਕਦਾ ਜਿਹੜੀ ਜਿਨ੍ਹਾਂ ਨੇ ਕੰਮ ਇਤਿਹਾਸ ਲਿਖਿਆ ਹੁੰਦਾ ਓਮ ਜੈ ਜਗਦੀਸ਼ ਹਰੇ ਲਿਖੀ ਹੈ ਉਹ ਸਦਾ ਅਮਰ ਔਰ ਸਾਡੇ ਵਿੱਚ ਰਹਿੰਦੇ ਆ। ਦੋ ਦਿਨ ਦਾ ਚੱਲ ਰਿਹਾ ਹੈਗਾ ਕੈਂਪ ਵੀ ਲੱਗ ਰਿਹਾ, ਜਿਵੇਂ ਸੀਐਮ ਸਾਹਿਬ ਨੇ ਅਨਾਊਂਸ ਵੀ ਕੀਤਾ ਸੀਗਾ ਕਿ ਉਹ ਇਲੈਕਸ਼ਨ ਤੋਂ ਬਾਅਦ ਵੀ ਜਿਹੜਾ ਲੋਕਾਂ ਦੀ ਸਮੱਸਿਆਵਾਂ ਸੁਣਨਗੇ, ਚਾਹੇ ਉਹ ਦੁਆਬਾ ਜਾਂ ਮਾਲਵਾ ਮਾਝੇ ਦੀ ਗੱਲ ਹੋਵੇ, ਤਾਂ ਕਹਿੰਦੇ ਇੱਥੇ ਬੈਠ ਸਕਦੇ ਤੁਸੀਂ, ਉੱਥੇ ਗਏ ਕਿਹੋ ਜਿਹੀਆਂ ਸਮੱਸਿਆਵਾਂ ਅਤੇ ਕਿਹੋ ਜਿਹੇ ਲੋਕਾਂ ਦੇ ਵਿੱਚ ਰਿਹਾ। ਸੀਐਮ ਸਾਹਿਬ ਤੁਸੀਂ ਦੇਖੋ ਪਹਿਲੀ ਵਾਰ ਆ ਵੀ ਦੁਆਬੇ ਦੇ ਵਿੱਚ ਕੋਈ ਸੀਐਮ ਸਾਹਿਬ ਖੁਦ ਪਹਿਲੀ ਗੱਲ ਤਾਂ ਉਹਨਾਂ ਨੂੰ ਟਾਈਮ ਜਿਹੜਾ ਇੱਕ ਲਾਈਫ ਦਾ ਹੁੰਦਾ ਉਹਨੂੰ ਮੰਨਣਾ ਬੜਾ ਅੱਛਾ। ਸੀ ਐੱਮ ਸਾਹਿਬ ਨੇ ਖੁਦ ਇਹ ਬੀੜਾ ਚੱਕਿਆ ਔਰ ਕੱਲ੍ਹ ਉਹਦਾ ਪਹਿਲਾ ਦਿਨ ਸੀਗਾ ਇਲੈਕਸ਼ਨ ਤੋਂ ਬਾਅਦ ਔਰ ਅੱਜ ਦੂਜਾ ਦਿਨ ਹੈ। ਜੋ ਵੀ ਸਮੱਸਿਆਵਾਂ ਉਹਨਾਂ ਕੋਲ ਆ ਰਹੀਆਂ ਉਹਨਾਂ ਨੇ ਖੁਦ ਤਾਂ ਸੁਣਨਾ ਔਰ ਉਹਨਾਂ ਦੀ ਟੀਮ ਵੀ ਲਗਾਤਾਰ ਕੈਂਪ ਆਫਿਸ ਬਣਾ ਕੇ ਉੱਥੇ ਜਲੰਧਰ ਦੇ ਵਿੱਚ ਉਹਨੂੰ ਲਗਾਤਾਰ ਸੀ ਐੱਮ ਸਾਹਿਬ ਦੀ ਟੀਮ ਤੱਕ ਪਹੁੰਚਾ ਕੇ ਔਰ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰੋ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਜਲੰਧਰ ਵਿੱਚ ਭਾਰਗੋ ਨਗਰ ਦੇ ਕਬੀਰ ਮੰਦਿਰ ਵਿੱਚ ਮੱਥਾ ਟੇਕਣ ਲਈ ਪਹੁੰਚੇ। ਇਸ ਮੌਕੇ ਉਹਨਾਂ ਨੇ ਸੰਗਤ ਨੂੰ ਸੰਬੋਧਨ ਕੀਤਾ ਅਤੇ ਮਹਿੰਦਰ ਭਗਤ ਨੂੰ ਜਿਤਾਉਣ ਲਈ ਜਲੰਧਰ ਪੱਛਮੀ ਹਲਕੇ ਦੇ ਲੋਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਉਹਨਾਂ ਕਿਹਾ ਕਿ ਉਹ ਧੰਨਵਾਦੀ ਦੌਰੇ ਕਰ ਰਹੇ ਨੇ। ਦੇਖੋ ਅੱਜ ਜਲੰਧਰ ਵਿਖੇ ਸਾਰੇ ਵਲੰਟੀਅਰਸ ਦਾ, ਵਰਕਰਸ ਦਾ, ਸਾਰੀ ਆਮ ਆਦਮੀ ਪਾਰਟੀ ਦੀ ਟੀਮ ਦਾ ਧੰਨਵਾਦ ਕਰਨ ਆਏ ਹਾਂ ਅਤੇ ਜਿਨ੍ਹਾਂ ਨੇ ਇਲੈਕਸ਼ਨ ਆਪਣੇ ਆਪ ਮੁਹਾਰੀ ਲੜੀ ਹੈ, ਆਪ ਅੱਗੇ ਹੋ ਕੇ ਇਲੈਕਸ਼ਨ ਲੜੀ ਹੈ। ਸੋ ਸਾਰੇ ਅੱਜ ਹਲਕੇ ਦਾ ਧੰਨਵਾਦ ਕਰਨ ਲਈ ਆ ਰਹੇ ਹਾਂ, ਵਿਚਰ ਰਹੇ ਹਾਂ ਲੋਕਾਂ ਦੇ ਵਿੱਚ। ਫਾਜ਼ਿਲਕਾ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਪੁਲਿਸ ਨੇ ਨਾਕੇਬੰਦੀ ਦੌਰਾਨ ਇੱਕ ਕੈਂਟਰ ਨੂੰ ਰੋਕਿਆ ਅਤੇ ਉਸ ਵਿੱਚੋਂ 220 ਕਿਲੋਗ੍ਰਾਮ ਪੋਸਤ ਬਰਾਮਦ ਕੀਤਾ ਅਤੇ ਕੈਂਟਰ ਚਾਲਕ ਗੁਰਪਾਲ ਸਿੰਘ ਨੂੰ ਕਾਬੂ ਕੀਤਾ। ਪੁਲਿਸ ਅਧਿਕਾਰੀ DSP ਸੁਖਵਿੰਦਰ ਸਿੰਘ ਨੇ ਦੱਸਿਆ ਕਿ ਕੈਂਟਰ ਵਿੱਚ ਰੱਖੀ ਗਈ 11 ਗੱਟੇ ਪੋਸਤ ਬਰਾਮਦ ਕੀਤੀ ਗਈ ਅਤੇ ਮੁਲਜ਼ਮ ਦੇ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਮਾਨਯੋਗ SSP ਸਾਹਿਬ ਫਾਜ਼ਿਲਕਾ ਡਾਕਟਰ ਪ੍ਰਗਿਆ ਜੈਨ IPS ਦੇ ਨਿਰਦੇਸ਼ਾਂ ਤਹਿਤ ਚਲਾਇਆ ਜਾ ਰਿਹਾ ਮਿਸ਼ਨ ਨਿਸ਼ਚੈ ਦੇ ਤਹਿਤ ਕੱਲ੍ਹ ਡਿਫੈਂਸ ਰੋਡ ਬਹਾਦਰ ਖੇੜਾ ਵਿਖੇ ਨਾਕਾਬੰਦੀ ਦੌਰਾਨ ਇੱਕ ਕੈਂਟਰ ਨੂੰ ਰੋਕਿਆ ਗਿਆ। ਕੈਂਟਰ ਦੀ ਸਰਚ ਦੌਰਾਨ ਸਾਨੂੰ 11 ਗੱਟੇ ਡੋਡੇ ਚੂਰਾ ਪੋਸਤ, ਜਿਨ੍ਹਾਂ ਦਾ ਵਜ਼ਨ ਕਰਨ ਤੋਂ ਬਾਅਦ ਕੁੱਲ 220 ਕਿਲੋਗ੍ਰਾਮ ਜਿਹੜਾ ਡੋਡਾ ਚੂਰਾ ਪੋਸਤ ਸਾਨੂੰ ਬਰਾਮਦ ਹੋਇਆ। ਇਹ ਜਿਹੜਾ ਅਕਿਊਜ਼ਡ ਹੈ ਜੀ, ਇਹਦਾ ਨਾਮ ਗੁਰਪਾਲ ਸਿੰਘ ਏਲੀਅਸ ਗਿੰਨੀ, ਸਨ ਆਫ ਬੁੱਧ ਸਿੰਘ, ਰੈਜੀਡੈਂਸ ਆਫ ਹਿੰਮਤਪੁਰਾ, ਇਹ ਜੋਧਪੁਰੋਂ ਲਿਆਇਆ
ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਕਮ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾ ਅਥਾਰਟੀ ਫਾਜ਼ਿਲਕਾ ਦੀ ਯੋਗ ਰਹਿਨੁਮਾਈ ਵਿੱਚ ਅੱਜ ਇੱਕ ਖੂਨਦਾਨ ਕੈਂਪ ਦਾ ਆਯੋਜਨ ਜ਼ਿਲ੍ਹਾ ਕੋਰਟ ਕੰਪਲੈਕਸ ਵਿਖੇ ਸ਼੍ਰੀ ਰਾਮ ਕਿਰਪਾ ਸੇਵਾ ਸੰਘ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਜ਼ਿਲ੍ਹਾ ਤੇ ਸੈਸ਼ਨ ਜੱਜ ਕਮ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੈਡਮ ਜਤਿੰਦਰ ਕੌਰ ਦੇ ਵੱਲੋਂ ਕੀਤਾ ਗਿਆ। ਇਸ ਮੌਕੇ ਤੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਅਜੀਤਪਾਲ ਸਿੰਘ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਅਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਉਹਨਾਂ ਲੋਕਾਂ ਨੂੰ ਵੱਧ ਤੋਂ ਵੱਧ ਖੂਨਦਾਨ ਕਰਨ ਦੀ ਅਪੀਲ ਕੀਤੀ ਹੈ। ਅੱਜ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਾਜ਼ਿਲਕਾ ਵੱਲੋਂ ਸਾਡੇ ਮਾਨਯੋਗ ਚੇਅਰਮੈਨ ਮੈਡਮ ਜਤਿੰਦਰ ਕੌਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਸੀਂ ਅੱਜ ਖੂਨਦਾਨ ਕੈਂਪ ਲਗਾਇਆ ਵਾ, ਜੋ ਸ਼੍ਰੀ ਰਾਮ ਸੇਵਾ ਸੰਘ ਸੁਸਾਇਟੀ ਦੇ ਤਾਬੂ ਨਾਲ ਅਸੀਂ ਕਰ ਰਹੇ ਹਾਂ। ਦੇਖੋ, ਜਿਹੜਾ ਖੂਨ ਆ ਉਹ ਫੈਕਟਰੀਆਂ 'ਚ ਨਹੀਂ ਬਣਾਇਆ ਜਾ ਸਕਦਾ। ਖੂਨ ਇੱਕ ਬੰਦਾ ਹੀ ਦੂਜੇ ਬੰਦੇ ਨੂੰ ਦੇ ਸਕਦਾ ਵਾ। ਇਹ ਇੱਕ ਮਿੱਥ ਆ ਕਿ ਖੂਨ ਮਤਲਬ ਦੇਣ ਨਾਲ ਕੋਈ ਕਮਜ਼ੋਰੀ ਆਉਂਦੀ ਆ ਜਾਂ ਖੂਨ ਦੇਣ ਨਾਲ ਮਤਲਬ ਕੋਈ ਸਾਡੇ ਸਰੀਰ 'ਚ ਘਾਟ ਆ ਜਾਂਦੀ ਹੈ। ਇੱਕ ਮਿੱਥ ਆ, ਇੱਕ ਸਾਇੰਟੀਫਿਕ ਪਰੂਫ ਆ ਕਿ ਖੂਨ ਦੇਣ ਨਾਲ ਸਾਡੇ ਸਰੀਰ ਵਿੱਚ ਕਿਸੇ ਤਰ੍ਹਾਂ ਦੀ ਕਮੀ ਨਹੀਂ ਆਉਂਦੀ। ਦੇਖੋ, ਖੂਨ ਕਈ ਤਰੀਕਿਆਂ ਨਾਲ ਕੰਮ ਆ ਜਾਂਦਾ ਵਾ। ਆਪਾਂ ਖੂਨ ਦੇ ਕੇ ਕਿਸੇ ਬੰਦੇ ਦੀ ਜਾਨ ਵੀ ਬਚਾ ਸਕਦੇ ਹਾਂ, ਕਿਸੇ ਦੇ ਪਲੇਟਲੈਟ ਘਟੇ ਆ ਆਪਾਂ ਉਹਦੀ ਵੀ ਆਪਾਂ ਕਿਸੇ ਤਰੀਕੇ ਨਾਲ ਹੈਲਪ ਕਰ ਸਕਦੇ ਹਾਂ। ਖੂਨਦਾਨ ਇੱਕ ਮਹਾਂਦਾਨ ਆ। ਮੈਂ ਹੁਣੇ ਗੱਲ ਕਰ ਰਿਹਾ ਸੀਗਾ, ਸਾਡੇ ਈਸੀ ਸਾਹਿਬ, ਸਾਡੇ ਸੁਖਮਨ ਸਾਹਿਬ, ਸਾਡੇ ਸਟਾਫ ਵੀ ਖੂਨਦਾਨ ਕਰ ਰਹੇ ਨੇ। ਖੂਨਦਾਨ ਬਹੁਤ ਔਖਾ ਦਾਨ ਆ। ਪੈਸੇ ਦੇਣੇ ਕਿਸੇ ਨੂੰ ਸੌਖੇ ਆ, ਖੂਨ ਦੇਣਾ ਔਖਾ ਵਾ, ਕਿਉਂਕਿ ਸਾਡੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਮਿੱਥ ਨੇ। ਇੱਕ ਬਹੁਤ ਵਧੀਆ ਉਪਰਾਲਾ ਵਾ ਜੋ ਸਾਡੇ ਮਾਨਯੋਗ ਚੇਅਰਮੈਨ ਜੀ ਵੱਲੋਂ ਅਤੇ ਜੋ ਰਾਮ ਸੰਘ ਸੇਵਾ ਸੁਸਾਇਟੀ ਵੱਲੋਂ ਕਰਵਾਇਆ ਜਾ ਰਿਹਾ ਵਾ, ਅਤੇ ਵੀ ਵਿਸ਼ ਆਲ ਆਫ ਦਾ ਬੈਸਟ ਟੂ ਦਾ ਡੋਨਰਸ। ਖੰਨਾ ਰੋਡ 'ਤੇ ਪੈਂਦੇ ਪਿੰਡ ਉਟਾਲਾ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਆਪਣੀ ਹੀ ਬੱਸ ਹੇਠ ਆਉਣ ਨਾਲ ਇੱਕ ਕੰਡਕਟਰ ਦੀ ਮੌਤ ਹੋ ਗਈ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਕੰਡਕਟਰ ਬੱਸ ਨੂੰ ਪਿੱਛਾ ਕਰਵਾ ਰਿਹਾ ਸੀ। ਮਿਲੀ ਜਾਣਕਾਰੀ ਮੁਤਾਬਿਕ ਹਾਦਸਾ ਸਵੇਰੇ ਤਕਰੀਬਨ 9:15 ਵਜੇ ਉਸ ਵੇਲੇ ਵਾਪਰਿਆ ਜਦੋਂ ਇੱਕ ਨਿੱਜੀ ਕੰਪਨੀ ਦੀ ਬੱਸ ਜਿਸ ਨੂੰ ਗੁਰਪ੍ਰੀਤ ਸਿੰਘ ਨਾਮ ਦਾ ਡਰਾਈਵਰ ਚਲਾ ਰਿਹਾ ਸੀ ਅਤੇ ਰਣਜੀਤ ਸਿੰਘ ਬਤੌਰ ਕੰਡਕਟਰ ਆਪਣੀ ਡਿਊਟੀ ਨਿਭਾ ਰਿਹਾ ਸੀ। ਪਿੰਡ ਉਟਾਲਾ ਨੇੜੇ ਸੜਕ ਉੱਤੇ ਜਾਮ ਲੱਗਿਆ ਹੋਣ ਕਾਰਨ ਬੱਸ ਨੂੰ ਪਿਛਾ ਕਰਵਾਉਣ ਲਈ ਉਤਰੇ ਕੰਡਕਟਰ ਰਣਜੀਤ ਸਿੰਘ ਨੂੰ ਬੱਸ ਨੇ ਆਪਣੀ ਲਪੇਟ ਵਿੱਚ ਲੈ ਲਿਆ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਿਸ ਵੱਲੋਂ ਮ੍ਰਿਤਕ ਦੇ ਭਰਾ ਲਖਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ਉੱਤੇ ਕਾਰਵਾਈ ਸ਼ੁਰੂ ਕੀਤੀ ਗਈ ਹੈ। ਰਣਜੀਤ ਸਿੰਘ ਨਾਂ ਹੈ ਜੀ, 35 ਸਾਲ ਉਮਰ ਦੇ ਜੀ। ਕੀ ਕੰਮ ਕਰਦੇ ਸੀਗੇ ਜੀ? ਕਨੈਕਟਰੀ ਦਾ। ਕਿੱਥੋਂ ਕਿੱਥੇ ਜਾ ਰਹੇ ਸੀ? ਕੀ ਘਟਨਾ ਵਾਪਰੀ ਜੀ? ਉਹ ਮਾਛੀਵਾੜੇ ਤੋਂ ਖੰਨਾ ਜਾ ਰਹੇ ਸੀ, ਰਾਹ 'ਚ ਜਾਮ ਲੱਗ ਗਿਆ ਜੀ। ਉੱਥੋਂ ਜਾਮ ਤੋਂ ਗੱਡੀ ਬੈਕ ਕਰਾ ਰਹੇ ਸੀ, ਡਰਾਈਵਰ ਦੀ ਅਣਗਹਿਲੀ ਨਾ ਜੀ ਪਿੱਛੇ ਆ ਗਿਆ ਕਨੈਕਟਰ, ਕਨੈਕਟਰ ਦੀ ਉੱਥੇ ਮੌਕੇ 'ਤੇ ਮੌਤ ਹੋ ਗਈ। ਗੱਡੀ ਉੱਪਰ ਚੜ੍ਹ ਗਈ? ਹਾਂਜੀ, ਗੱਡੀ ਬੈਕ ਕਰਦੇ ਤੋਂ ਉੱਪਰ ਚੜ੍ਹ ਗਈ। ਕਾਰਵਾਈ ਕੀਤੀ ਜੀ? ਹਾਂਜੀ, ਕਾਰਵਾਈ ਕੀਤੀ ਜੀ, ਅਤੇ ਪੁਲਿਸ ਰਿਪੋਰਟ ਹੋ ਗਈ। ਬਰਨਾਲਾ ਦੇ ਪਿੰਡ ਉਗੋਕੇ ਵਿੱਚ ਦੋ ਧਿਰਾਂ ਵਿਚਾਲੇ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ, ਜਿਸ ਦਾ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇੱਕ ਪਲਾਟ ਦੇ ਕਬਜ਼ੇ ਨੂੰ ਲੈ ਕੇ ਦੋਹੇ ਧਿਰਾਂ ਵਿਚਾਲੇ ਖੂਨੀ ਝੜਪ ਹੋਈ, ਜਿਸ ਵਿੱਚ ਦੋ ਲੋਕ ਇੱਕ ਔਰਤ ਨੂੰ ਬੇਰਹਿਮੀ ਨਾਲ ਕੁੱਟਦੇ ਨਜ਼ਰ ਆਏ। ਜ਼ਿਕਰਯੋਗ ਹੈ ਕਿ ਹਲਕਾ ਭਦੌੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਲਾਲ ਸਿੰਘ ਉਗੋਕੇ ਦਾ ਪਿੰਡ ਉਗੋਕੇ ਕਿਸੇ ਨਾ ਕਿਸੇ ਕਾਰਨ ਸੁਰਖੀਆਂ ਵਿੱਚ ਬਣਿਆ ਰਹਿੰਦਾ ਹੈ। ਪੰਜਾਬੀ ਖਬਰਾਂ ਦੇ ਇਸ ਬੁਲੇਟਿਨ ਵਿੱਚ ਫਿਲਹਾਲ ਨਹੀਂ ਜਾਂਦਿਆਂ ਦੇ ਨਜ਼ਰ ਮਾਰਦੇ ਹਾਂ ਮੌਸਮ ਦੇ ਹਾਲ 'ਤੇ। ਤੁਸੀਂ ਬਣੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ। ਧੰਨਵਾਦ।